ਤੁਸੀਂ ਜਾਣਦੇ ਹੋ ਕਿ ਅਮਰੀਕਾ ਦੇ ਅੰਦਰ ਪਹਿਲਾਂ ਟਮਾਟਰ ਖਾਦੇ ਨਹੀਂ ਸੀ ਜਾਂਦੇ, ਬਲਕਿ ਟਮਾਟਰ ਘਰਾਂ ਦੀ ਸਜਾਵਟ ਦੇ ਕੰਮ ਆਉਂਦੇ ਸੀ, ਕਿਉਂਕਿ ਲੋਕਾਂ ਦੇ ਵਿੱਚ ਇੱਕ ਵਹਿਮ ਸੀ ਕਿ ਜੇ ਉਹ ਟਮਾਟਰ ਖਾ ਲੈਣਗੇ ਤਾਂ ਉਹਨਾਂ ਦੀ ਮੌਤ ਹੋ ਜਾਏਗੀ। ਇਸੇ ਕਰਕੇ ਅਮਰੀਕਾ ਦੇ ਵਿੱਚ ਨਿਊ ਜਰਸੀ ਦੇ ਇੱਕ ਕਰਨਲ ਰੋਬਰਟ ਗਿਬਨ ਜੌਨਸਨ ਨੇ ਇਹ ਫੈਸਲਾ ਕੀਤਾ ਤੇ ਲੋਕਾਂ ਨੂੰ ਕਿਹਾ ਕਿ ਉਹ ਇੱਕ ਵੱਡੇ ਚੌਰਾਹੇ ਦੇ ਵਿੱਚ ਖੜੇ ਹੋ ਕੇ ਇੱਕ ਦੋ ਨਹੀਂ ਬਲਕਿ ਅੱਧੀ ਛੋਟੀ ਟੋਕਰੀ ਭਰ ਕੇ ਟਮਾਟਰਾਂ ਦੀ ਖਾ ਕੇ ਦਿਖਾਏਗਾ। ਦੋਸਤੋ, ਉਹਦੇ ਟਮਾਟਰ ਖਾਣ ਤੋਂ ਬਾਅਦ ਜਦੋਂ ਉਹਨੂੰ ਕੁਝ ਨਾ ਹੋਇਆ ਤਾਂ ਲੋਕਾਂ ਨੇ ਟਮਾਟਰ ਖਾਣੇ ਸ਼ੁਰੂ ਕੀਤੇ। 5 ਸਾਲ ਦੇ ਅੰਦਰ ਅਮਰੀਕਾ ਭਰ ਦੇ ਅੰਦਰ ਹਰ ਸਬਜ਼ੀ ਦੀ ਦੁਕਾਨ ਦੇ ਉੱਪਰ ਟਮਾਟਰ ਵਿਕਣ ਲੱਗੇ ਅਤੇ ਟਮਾਟਰ ਦਾ ਜੂਸ, ਟਮਾਟਰ ਦਾ ਸੂਪ ਤੇ ਟੋਮੈਟੋ ਸੌਸ ਲੋਕਾਂ ਦੀ ਪਸੰਦ ਬਣ ਗਿਆ।